ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਡਾ ਆਪਣਾ ਰਾਠੀ ਵੀਰ, ਜੋ ਕਿ ਸਾਡੇ ਕੋਲ ਵੀਰ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਨੇ ਰਾਠੀ ਕਲਾ ਕੇਂਦਰ ਦੇਖਣ ਵਾਸਤੇ ਸਪੈਸ਼ਲ, ਜਿਨ੍ਹਾਂ ਨੇ ਸਾਰਾ ਰਾਠੀ ਕਲਾ ਕੇਂਦਰ ਵੇਖਿਆ, ਜਿਨ੍ਹਾਂ ਦਾ ਮੈਂ ਕਦਮ ਕਦਮ ਸਿਰ ਮੱਥੇ ਮੰਨਦਾ ਜੀਓ ਐਂ ਕਹਿੰਦਾ, ਬਹੁਤ ਬਹੁਤ ਧੰਨਵਾਦ ਕਰਦਾ। ਜੋ ਕਿ ਭੈਣਾਂ ਅਤੇ ਵੀਰ ਆਪੋ ਆਪਣੇ ਵਿਚਾਰ ਦੇਣਗੇ ਕਿ ਉਹਨਾਂ ਨੇ ਉਹ ਐਡੇ ਵੱਡੇ ਸ਼ਹਿਰ, ਪਵਿੱਤਰ ਸ਼ਹਿਰ ਦੇ ਵਿੱਚ ਰਹਿ ਰਹੇ ਨੇ, ਜਿੱਥੇ ਕਿ ਬਹੁਤ ਵੱਡੇ ਵੱਡੇ ਆਰਟ ਦੇ ਧਨੀ, ਬਹੁਤ ਵੱਡੇ ਵੱਡੇ ਕਲਾਕਾਰ ਰਹਿੰਦੇ ਨੇ, ਜੋ ਕਿ ਉਹ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਰਾਠੀ ਕਲਾ ਕੇਂਦਰ ਹੈ ਜਿਹਨੂੰ ਵੇਖਣ ਵਾਸਤੇ ਆਏ। ਉਹਨਾਂ ਨੂੰ ਕੀ ਇਸ ਕਲਾ ਕੇਂਦਰ ਦੇ ਵਿੱਚ ਵਿਲੱਖਣਤਾ ਦੇਖਣ ਨੂੰ ਮਿਲੀ, ਉਹ ਆਪਣੇ ਵਿਚਾਰ ਦੇਣਗੇ ਵੀਰ ਜੀ। ਹਾਂਜੀ ਭੈਣ ਜੀ, ਤੁਹਾਨੂੰ ਕਿੱਦਾਂ ਲੱਗਿਆ ਜਦੋਂ ਦੱਸਿਓ? ਸਾਨੂੰ ਬਹੁਤ ਵਧੀਆ ਲੱਗਿਆ ਜੀ, ਪੰਜਾਬੀ ਵਿਰਸਾ ਦੇਖਿਆ ਜੀ ਅਸੀਂ। ਸਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਇਹੋ ਜਿਹੀ ਕਲਾ ਵੀ ਹੈਗੀ ਆ, ਕਿ ਇਹੋ ਜਿਹੀਆਂ ਚੀਜ਼ਾਂ ਵੀ ਹੈਗੀਆਂ ਵਾ। ਇੱਕ ਚੱਪਲ ਵੀ ਕੰਮ ਆ, ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ। ਹਾਂਜੀ, ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰਾਂ, ਦਿਖਾਇਆ ਕਰਾਂਗੇ। ਵਾਜਵਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਵੀਰ ਜੀ, ਤੁਸੀਂ ਜ਼ਰੂਰ ਦੇ ਦਿਓ। ਬਹੁਤ ਵਧੀਆ ਜੀ, ਤੁਸੀਂ ਚੱਪਲ ਤੋਂ ਆਏ ਸੀ, ਪਹਿਲਾਂ ਇੱਕ ਵੀਡੀਓ ਦੇਖੀ ਸੀ ਤੁਹਾਡੀ, ਅਤੇ ਮਨ ਚਲੋ ਹੈਗਾ ਸੀ ਕਿ ਚਲੋ ਦੇਖ ਕੇ ਆਵਾਂਗੇ, ਪਰ ਹੁਣ ਅਸੀਂ ਬਾਏ ਫੇਸ ਦੇਖਿਆ ਇੱਥੇ, ਫਿਜ਼ੀਕਲੀ ਤੌਰ 'ਤੇ ਅਸੀਂ ਆਏ ਹਾਂ ਇੱਥੇ, ਅਤੇ ਬਹੁਤ ਹੀ ਵਧੀਆ ਲੱਗਿਆ, ਕਿਉਂਕਿ ਅਸੀਂ ਵੀਡੀਓ 'ਤੇ ਕੁਛ ਹੋਰ ਚੀਜ਼ ਦੇਖਦੇ, ਸਾਨੂੰ ਪੂਰਾ ਨਹੀਂ ਦਿਖਦਾ ਅੱਜ ਕੱਲ੍ਹ ਸੱਚ ਨਹੀਂ ਹੈ, ਪਰ ਸੱਚ ਨਹੀਂ ਹੈ ਸਾਨੂੰ, ਪਰ ਹੁਣ ਸੱਚ ਕੀ ਹੁਣ ਤਾਂ ਪੂਰਾ ਹੀ ਸਾਹਮਣੇ ਦਿਖ ਰਿਹਾ ਵੀ ਹਾਂ ਵੀ ਚੱਪਲ ਤੋਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ। ਔਰ ਮੈਂ ਤੁਹਾਨੂੰ ਪੁੱਛਿਆ ਵੀ ਕਿੱਦਾਂ ਕਰਦੇ ਹੋ ਤੁਸੀਂ, ਪਰ ਤੁਹਾਡੀ ਆਪਣੀ ਕਲਾ ਹੈ, ਔਰ ਕੋਈ ਕਰ ਵੀ ਨਹੀਂ ਸਕਦਾ ਇੱਦਾਂ। ਔਰ ਬਹੁਤ ਵਧੀਆ ਤੁਹਾਡੀ ਜੋ ਤੁਸੀਂ ਇਹ ਚੱਪਲ ਤੋਂ, ਅਸੀਂ ਕਿ ਸਾਡੇ ਅਸੀਂ ਵੈਸੇ ਇਹ ਤਾਂ ਜੋ ਜਿਹੜੀ ਕਲਾ ਹੈ ਇਹ ਤਾਂ ਮਤਲਬ ਵੀ ਇਹ ਤਾਂ ਰੱਬ ਰੂਪ ਹੀ ਹੈ, ਠੀਕ ਹੈ, ਇਹ ਤਾਂ ਆਪਣੇ ਆਪ ਹੀ ਆਉਂਦੀ ਅੰਦਰੋਂ, ਉਹ ਤਾਂ ਹੁਣ ਇਹ ਨਹੀਂ ਵੀ ਆਪਾਂ ਕਿਸੇ ਨੂੰ ਬੱਚੇ ਨੂੰ ਕਹਿ ਦਾਂਗੇ ਵੀ ਹਾਂ ਵੀ ਤੂੰ ਇਹ ਕਰ, ਇਹ ਤੁਹਾਡੇ ਆਪਣੇ ਅੰਦਰ ਸੀ ਕਿ ਉਹ ਤੁਸੀਂ ਆਪਣੇ ਨਿਖਾਰ ਕੇ ਬਾਹਰ ਲਿਆਂਦੀ ਹੈ। ਹਾਂਜੀ, ਕਲਾ ਕੇਂਦਰ ਦੇ ਵਿੱਚੋਂ ਤੁਹਾਡੇ ਬੱਚਿਆਂ ਨੂੰ ਇੱਥੋਂ ਕੀ ਮੈਸੇਜ ਮਿਲੇ, ਜੋ ਇਹਨਾਂ ਦੀ ਜ਼ਿੰਦਗੀ 'ਚ ਚਾਹੀਦੇ ਸੀ, ਉਹ ਇਹਨਾਂ ਨੂੰ ਕੰਮ ਦੀਆਂ ਗੱਲਾਂ ਵੀ ਕੁਝ ਮਿਲੀਆਂ? ਬਹੁਤ ਵਧੀਆ ਤੁਸੀਂ ਸਿੱਖਿਆ ਦਿੱਤੀ ਹੈ, ਨਸ਼ਿਆਂ ਦਾ ਬਾਰੇ ਤੁਸੀਂ ਦੱਸਿਆ ਵੀ ਨਸ਼ੇ ਨਹੀਂ ਕਰਨੇ ਚਾਹੀਦੇ, ਔਰ ਟ੍ਰੈਫਿਕ ਨਿਗਮਾਂ, ਔਰ ਤੁਸੀਂ ਫੌਜੀ ਵੀਰਾਂ ਬਾਰੇ ਦੱਸਿਆ, ਔਰ ਪੰਜਾਬੀ ਵਿਰਸਾ ਤੁਹਾਡਾ ਤੁਸੀਂ ਪੂਰਾ ਹੀ ਇੱਥੇ ਜੋ ਅਲੋਪ ਹੋ ਰਹੀਆਂ ਚੀਜ਼ਾਂ, ਤੁਸੀਂ ਚਰਖਾ ਜਿਵੇਂ ਅਲੋਪ ਹੋ ਰਿਹਾ ਹੈ, ਜਾਂ ਹੋਰ ਤੁਸੀਂ ਚੀਜ਼ਾਂ ਜਿਵੇਂ ਬੈਲ ਗੱਡੀਆਂ ਇੱਥੇ ਤੁਸੀਂ ਬਣਾਈਆਂ ਨੇ, ਮਤਲਬ ਵੀ ਪੀਟਰ ਇੰਜਨ ਬਣਾਏ, ਬੱਚਿਆਂ ਨੂੰ ਪਤਾ ਹੀ ਨਹੀਂ ਪੀਟਰ ਇੰਜਨ ਕੀ ਹੁੰਦੇ ਨੇ, ਉਹ ਤੁਸੀਂ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਅਲੋਪ ਹੋ ਗਈਆਂ ਨੇ, ਔਰ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਹਾਂ ਵੀ ਸਾਡਾ ਵਿਰਸਾ ਪਹਿਲਾਂ ਕੀ ਸੀਗਾ ਅਤੇ ਹੁਣ ਕੀ ਹੈ। ਅਸੀਂ ਮਤਲਬ ਵੀ ਇੱਥੋਂ ਬਹੁਤ ਹੀ ਚੀਜ਼ਾਂ ਹੋਈਆਂ, ਬੱਚੇ ਸਾਡਾ ਪੁੱਛਦਾ ਸੀ ਆਹ ਕੀ ਚੀਜ਼ ਹੈ, ਉਹਨੂੰ ਦੱਸਿਆ ਫਿਰ ਹਾਂ ਵੀ ਇਹੋ ਚੀਜ਼ਾਂ ਸਾਡੇ ਪੰਜਾਬ 'ਚ ਹੁੰਦੀਆਂ ਸੀਗੀਆਂ ਪਹਿਲਾਂ, ਅਤੇ ਬਹੁਤ ਵਧੀਆ ਤੁਸੀਂ ਸੰਭਾਲ ਕੇ ਰੱਖਿਆ, ਔਰ ਅਸੀਂ ਇਹੀ ਦੁਆ ਕਰਦੇ ਹਾਂ ਵੀ ਤੁਸੀਂ ਹੋਰ ਵੱਧ ਇਹਨੂੰ ਰੋਸ਼ਨਾਓ, ਔਰ ਸਾਰੀ ਸੰਗਤ ਜਿਹੜੀ ਆ ਕੇ ਦੇਖੇ ਵੀ ਹਾਂ ਵੀ ਇਹ ਇੱਦਾਂ ਦੇ ਵੀ ਪੰਜਾਬ ਵਿੱਚ ਕਲਾਕਾਰ ਪੈਦਾ ਹੋ ਰਹੇ ਨੇ, ਪੰਜਾਬੀ ਵਿਰਸਾ ਵਾਪਸ ਆ ਰਿਹਾ ਹੈ। ਬਹੁਤ ਵਧੀਆ, ਬਹੁਤ ਬਹੁਤ ਵਧੀਆ। ਕਿਹੜਾ ਸ਼ਹਿਰ ਹੈ ਜੀ ਆਪਣਾ, ਕਿਹੜਾ ਪਿੰਡ ਹੈ ਜੀ? ਸਾਡਾ ਅੰਮ੍ਰਿਤਸਰ ਹੈ ਜੀ, ਅੰਮ੍ਰਿਤਸਰ ਡਿਸਟ੍ਰਿਕਟ ਹੈ, ਔਰ ਕੋਟ ਖਾਲਸਾ ਸਾਡਾ ਜਿਹੜਾ ਅਸੀਂ ਰਹਿ ਰਹੇ ਹਾਂ ਉੱਥੇ, ਵਿਲੇਜ ਕੋਟ ਖਾਲਸਾ ਹੈ ਜੀ, ਸ਼ਹਿਰ ਦੇ ਵਿੱਚ ਹੀ ਅਸੀਂ। ਬਹੁਤ ਬਹੁਤ ਧੰਨਵਾਦ। ਹਾਂਜੀ ਮੇਰੇ ਮਾਂ ਜੀ, ਤੁਹਾਨੂੰ ਕਿੱਦਾਂ ਲੱਗਾ ਜੀ? ਹਾਂਜੀ ਸਾਨੂੰ ਵੀ ਬਹੁਤ ਸੋਹਣਾ ਲੱਗਾ, ਬਹੁਤ ਤੁਹਾਨੂੰ ਬਚਪਨ ਦੇ ਦਿਨ ਯਾਦ ਆਏ ਕੁਝ ਆ ਕੇ ਫਿਰ? ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ, ਸਾਰੇ ਵੀਰਾਂ ਦਾ, ਜੀ ਆਇਆਂ ਤੁਹਾਡਾ, ਬਹੁਤ ਬਹੁਤ ਧੰਨਵਾਦ ਵੀਰ।